ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਿੰਦਰ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ ਦੋਸਤੋ ਤੁਸੀਂ ਜੋ ਵੀ ਮੈਂ ਇਨਫੋਰਮੇਸ਼ਨ ਦਿੰਨਾ ਹੈ ਤੁਸੀਂ ਉਤੇ ਭਰੋਸਾ ਕਰਦੇ ਹੋ ਮੇਰੇ ਇਸ YouTube ਚੈਨਲ ਨੂੰ ਬਹੁਤ ਪਿਆਰ ਕਰਦੇ ਹੋ ਤੁਹਾਡੀ ਜੋ ਵੀ ਪ੍ਰੋਬਲਮਸ ਜਾਂ ਕੋਈ ਕੁਐਰੀਜ਼ ਹੁੰਦੀਆਂ ਨੇ ਤੁਸੀਂ ਜਦੋਂ ਵੀ ਨੀਚੇ ਕਮੈਂਟ ਸੈਕਸ਼ਨ ਚ ਲਿਖਦੇ ਹੋ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਜਵਾਬ ਦਵਾਂ ਜੇ ਕਈ ਵਾਰ ਸਾਰਿਆਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਟਾਪਿਕ ਦੇ ਉੱਤੇ ਵੀਡੀਓ ਬਣਾਵਾਂ ਜੇ ਬਹੁਤ ਸਾਰੇ ਕਮੈਂਟਸ ਹੁੰਦੇ ਨੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੇਰੇ ਇਸ ਚੈਨਲ ਨੂੰ ਡੇ ਬਾਈ ਡੇ ਚੈਨਲ ਗਰੋ ਹੋ ਰਿਹਾ ਹੈ ਸਿਰਫ ਔਰ ਸਿਰਫ ਤੁਹਾਡੀ ਸਪੋਰਟ ਕਰਕੇ ਤੇ ਤੁਸੀਂ ਮੇਰੇ ਤੇ ਇੰਨਾ ਭਰੋਸਾ ਕਰਦੇ ਹੋ ਤੇ ਸਾਨੂੰ ਆਨਲਾਈਨ ਫਾਈਲਸ ਵੀ ਦਿੰਦੇ ਹੋ ਚਾਹੇ ਕੋਈ Rajasthan ਬੈਠਾ ਹੈ ਚਾਹੇ ਕੋਈ Delhi ਦੇ ਵਿੱਚ ਬੈਠਾ ਹੈ ਚਾਹੇ ਕੋਈ Haryana ਦੇ ਵਿੱਚ ਬੈਠਾ ਹੈ ਜਾਂ ਕੋਈ Gujarat ਦੇ ਵਿੱਚ ਬੈਠਾ ਹੈ ਤਾ ਇਵਨ ਕੀ ਜਿਹੜੇ ਲੋਕੀ ਜਰਮਨੀ ਦੇ ਵਿੱਚ ਬੈਠੇ ਨੇ ਆ ਯੂਕੇ ਦੇ ਵਿੱਚ ਬੈਠੇ ਨੇ ਕਈ ਉਹ ਵੀ ਸਾਡੇ ਤੋਂ ਫਾਈਲਸ ਲਗਵਾਉਂਦੇ ਨੇ ਤੇ ਜਦੋਂ ਉਹਦੇ ਰਿਜ਼ਲਟਸ ਆਉਂਦੇ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਤੁਸੀਂ ਲੋਕ ਏਡੀ ਦੂਰ ਤੋਂ ਸਾਡੇ ਤੇ ٹرسٹ ਕਰਦੇ ਹੋ ਤੇ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਜਦੋਂ ਆਪਾਂ ਐਮਬੈਸੀ ਫੀਸਾਂ ਪਾਣੀ ਹੁੰਦੀਆਂ ਜਾਂ ਮੈਂ ਤੁਹਾਨੂੰ ਕੋਈ ਅਕਾਊਂਟ ਦਿੰਨਾ ਮੇਰਾ ਸਟਾਫ ਦੇ ਵਿੱਚੋਂ ਕੋਈ ਅਕਾਊਂਟ ਦਿੰਨੇ ਹੋ ਤਾਂ ਤੁਸੀਂ ਬਿਨਾ ਪੁੱਛੇ ਬਹੁਤ ਵੱਡੀ ਅਮਾਊਂਟ ਜਿਹੜੀ ਉਹ ਵੀ ਟ੍ਰਾਂਸਫਰ ਕਰ ਦਿੰਦੇ ਹੋ ਸਾਡੀ ਕੰਪਨੀ ਫੀਸ ਅੱਜ ਤੱਕ ਕਿਸੇ ਨੇ ਨਹੀਂ ਰੋਕੀ ਜਿਹੜੀ ਵੀ ਵੀਜ਼ਾ ਲੱਗਣ ਤੋਂ ਬਾਅਦ ਕੰਪਨੀ ਫੀਸ ਆ ਜਦੋਂ ਵੀਜ਼ਾ ਲਾ ਕੇ ਤੁਹਾਡੇ ਘਰੇ ਪਹੁੰਚ ਜਾਂਦਾ ਹੈ ਤਾਂ ਜਿਹੜੀ ਕੰਪਨੀ ਫੀਸ ਆ ਉਹ ਤੁਸੀਂ ਨਾਲ ਦੀ ਨਾਲ ਟਰਾਂਸਫਰ ਕਰ ਦਿੰਨੇ ਹੋ ਜਦੋਂ ਵੀ ਕਿਸੇ ਸਟੂਡੈਂਟ ਦਾ ਵੀਜ਼ਾ ਲੱਗਦਾ ਏ ਜੋ ਕਿ ਸਾਡੇ ਤੋਂ ਬਹੁਤ ਦੂਰੋਂ ਅਪਲਾਈ ਕਰਦਾ ਹੈ ਜਿਹੜਾ ਕਿ ਸਾਡੀ ਬ੍ਰਾਂਚ ਦੇ ਅਪਰੋਚੇਬਲ ਨਹੀਂ ਹੁੰਦੀ ਜਿਹਦੇ ਲਈ ਤਾਂ ਜਦੋਂ ਉਹਨਾਂ ਦਾ ਵੀਜ਼ਾ ਲੱਗਦਾ ਉਹਨਾਂ ਕੋ ਵੀਜ਼ਾ ਲਾ ਕੇ ਘਰੇ ਪਹੁੰਚ ਜਾਂਦਾ ਜਿਹੜੀ ਸਾਡੀ ਫੀਸ ਹੁੰਦੀ ਹੈ ਵੀਜ਼ੇ ਤੋਂ ਬਾਅਦ ਤਾਂ ਉਹ ਜਦੋਂ ਤੁਸੀਂ ਟਰਾਂਸਫਰ ਕਰਦੇ ਹੋ ਤਾਂ ਮੈਨੂੰ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਏ ਤੇ ਮੈਨੂੰ ਇਹ ਲੱਗਦਾ ਕਿ ਦੁਨੀਆ ਦੇ ਵਿੱਚ ਕਿਤੇ ਨਾ ਕਿਸੇ ਸੱਚਾਈ ਅੱਜ ਵੀ ਮੌਜੂਦ ਹੈ ਕਿਉਂਕਿ ਜਦੋਂ ਅਸੀਂ ਤੁਹਾਡਾ ਕੰਮ ਕਰਦੇ ਆ ਅਸੀਂ ਬਹੁਤ ਦਿਲੋਂ ਕੰਮ ਕਰਦੇ ਆ ਬਹੁਤ ਫੀਲਿੰਗ ਦੇ ਨਾਲ ਅਸੀਂ ਤੁਹਾਡੀ ਫਾਈਲ ਲਗਾਉਂਦੇ ਆ ਤੇ ਜਦ ਜੇ ਤੁਹਾਡਾ ਰਿਜ਼ਲਟ ਮਿਲ ਜਾਂਦਾ ਜਦੋਂ ਤੁਹਾਡੇ ਹੱਥ 'ਚ ਤੁਹਾਨੂੰ ਵੀਜ਼ਾ ਮਿਲਦਾ ਏ ਤਾਂ ਤੁਸੀਂ ਸਾਨੂੰ ਜਿਹੜੀ ਸਾਡੀ ਬਣਦੀ ਫੀਸ ਆ ਉਹ ਜਦੇ ਟਰਾਂਸਫਰ ਕਰ ਦਿੰਨੇ ਹੋ ਅੱਜ ਐਵੇਂ ਹੋਇਆ ਦੋਸਤੋ ਅਸੀਂ ਰਾਜਸਥਾਨ ਦੀਆਂ ਤਿੰਨ ਫਾਈਲਾਂ ਅਪਲਾਈ ਕੀਤੀਆਂ ਸੀਗਾ ਇਕੋ ਫੈਮਿਲੀ ਚੋਂ ਤਿੰਨ ਫਾਈਲਜ਼ ਅਪਲਾਈ ਕੀਤੀਆਂ ਸੀ ਉਹਨਾਂ ਦੇ ਵੀਜ਼ਾ ਲੱਗ ਕੇ ਉਹਨਾਂ ਦੇ ਘਰੇ ਆ ਗਏ ਅਸੀਂ ਆਫਟਰ ਵੀਜ਼ਨ ਨੂੰ ਤੋਂ ਫੀਸ ਸਿਰਫ 25000 ਪਲੱਸ ਜੀਐਸਟੀ ਸੀ ਕਿਉਂਕਿ ਉਹਨਾਂ ਨੇ ਸਾਡੇ ਅਕਾਊਂਟ 'ਚ ਪੈਸੇ ਪਾਣੇ ਸੀ ਤੇ ਦੋਸਤੋ ਉਹਨਾਂ ਨੇ ਬਿਨਾ ਕਹੇ ਉਹਨਾਂ ਨੂੰ ਜਦੋਂ ਹੀ ਪਾਸਪੋਰਟ ਮਿਲੇ ਉਹਨਾਂ ਨੇ ਬਿਨਾ ਕਹੇ ਸਾਡੀ ਬਣਦੀ ਫੀਸ ਸਾਡੇ ਤਾ ਇਸ ਚੀਜ਼ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਲੋਕ ਕਿਤੇ ਨਾ ਕਿਤੇ ਸੱਚੇ ਨੇ ਬਟ ਕਿਤੇ ਨਾ ਕਿਤੇ ਜਿਹੜਾ ਇਹ ਪ੍ਰੋਫੈਸ਼ਨ ਹੈ ਉਹਨੂੰ ਗੰਦਾ ਕੀਤਾ ਜਾ ਰਿਹਾ ਏ ਇਹ ਪ੍ਰੋਫੈਸ਼ਨ ਦੇ ਵਿੱਚ ਕੁਝ ਇਹੋ ਜਿਹੇ ਲੋਕ ਆ ਗਏ ਜੋ ਕਿ ਸਿਰਫ ਔਰ ਸਿਰਫ ਪੈਸੇ ਲਈ ਕੰਮ ਕਰਦੇ ਨੇ ਸਿਰਫ ਔਰ ਸਿਰਫ ਆਪਣੀ ਲਗਜ਼ਰੀ ਲਾਈਫ ਜੀਣ ਲਈ ਕੰਮ ਕਰਦੇ ਨੇ ਉਹਨਾਂ ਨੂੰ ਸਟੂਡੈਂਟਸ ਨਾਲ ਕੋਈ ਮਤਲਬ ਨਹੀਂ ਹੈਗਾ ਸਟੂਡੈਂਟਸ ਦੇ ਪੈਸੇ ਨਾਲ ਸਟੂਡੈਂਟ ਦੇ ਰਿਜ਼ਲਟਸ ਨਾਲ ਸਟੂਡੈਂਟ ਦੇ ਫਿਊਚਰ ਨਾਲ ਉਹਨਾਂ ਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈਗਾ ਆਪਾਂ ਯੂਕਰੇਨ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਯੂਕਰੇਨ ਦਾ ਆਪਾਂ ਉਹ ਦੇਖ ਸਕਦੇ ਆ ਯੂਕਰੇਨ ਦੇ ਵਿੱਚ ਹੁਣ ਜਿੰਨੇ ਵੀ ਸਟੂਡੈਂਟ ਫਸੇ ਹੋਏ ਨੇ ਕੋਈ ਬੋਲ ਰਿਹਾ ਕੋਈ ਏਜੰਟ ਨਹੀਂ ਬੋਲ ਰਿਹਾ ਜਿਨ੍ਹਾਂ ਨੇ ਇੰਨੇ ਜਿਹੜੇ ਹੈਗੇ ਨੇ ਲੱਖਾਂ ਦੀਆਂ ਹਜ਼ਾਰਾਂ ਦੀ ਤਦਾਦ ਚ ਸਟੂਡੈਂਟ ਭੇਜੇ ਸੀ ਅੱਜ ਉਹ ਵੀ ਨਹੀਂ ਬੋਲ ਰਿਹਾ ਜਿਨ੍ਹਾਂ ਨੇ ਉਹਨਾਂ ਦਾ ਕਰੋੜਾ ਰੁਪਇਆ ਕਮਾ ਲਿਆ ਸਟੂਡੈਂਟਸ ਤੋਂ ਤਾਂ ਅੱਜ ਉਹ ਵੀ ਨਹੀਂ ਕੋਈ ਬੋਲ ਰਿਹਾ ਉਹਨਾਂ ਦੀ ਹੈਲਪ ਲਈ ਸੋ ਇਹ ਦੋਸਤੋ ਇੱਕ ਆਪਾਂ ਕਹੀਏ ਕਿ ਨਾ ਸ਼ੁਕਰੇ ਹੋਣ ਵਾਲੀ ਗੱਲ ਹੈ ਜਦੋਂ ਤੁਹਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਕਿਸੇ ਦੀ ਹੈਲਪ ਕਰਨ ਦਾ ਤਾਂ ਤੁਹਾਨੂੰ ਜ਼ਰੂਰ ਕਰਨਾ ਚ ਦੋਸਤੋ ਸਾਡੇ ਕੋਲ ਬਹੁਤ ਵੀਜ਼ੇ ਆਉਂਦੇ ਨੇ ਤੇ ਹਮੇਸ਼ਾ ਆਪਾਂ ਤੁਹਾਡੇ ਨਾਲ ਉਹਨਾਂ ਦੀ ਪ੍ਰੋਫਾਈਲ ਸ਼ੇਅਰ ਕਰਦੇ ਆਂ ਬਟ ਅੱਜ ਜਿਹੜੇ ਵੀਜ਼ੇ ਆਏ ਨੇ ਉਹ ਕੁਝ ਸਪੈਸ਼ਲ ਨੇ ਅੱਜ ਮੇਰੇ ਕੋਲ ਸਭ ਤੋਂ ਪਹਿਲਾਂ ਵੀਜ਼ਾ ਇੱਕ ਵੀਜ਼ਾ ਤਾਂ ਹੈਗਾ ਮੇਰੇ ਕੋਲ ਕੈਨੇਡਾ ਦਾ ਕੈਨੇਡਾ ਦਾ ਆ ਲੇਟੈਸਟ ਵੀਜ਼ਾ ਸਾਡੇ ਕੋਲ ਆ ਕੇ ਆਇਆ ਉਸ ਤੋਂ ਬਾਅਦ ਜਿਹੜਾ ਦੂਜਾ ਵੀਜ਼ਾ ਏ ਉਹ ਮੇਰੇ ਕੋਲ ਆਇਆ ਏ ਉਹ ਬਹੁਤ ਜ਼ਿਆਦਾ ਸਪੈਸ਼ਲ ਹੈ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਮੈਂ ਤੁਹਾਨੂੰ ਦੱਸੂਗਾ ਦੋਸਤੋ ਉਹ ਵੀਜ਼ਾ ਹੈਗਾ ਜਰਮਨੀ ਦਾ ਆ ਜਰਮਨੀ ਦਾ ਵੀਜ਼ਾ ਸਾਨੂੰ ਰਿਸੀਵ ਹੋਇਆ ਏ ਏ ਜਰਮਨੀ ਦੇ ਵੀਜ਼ਾ ਮੈਂ স্পেশাল ਕਿਉਂ ਕਹਿ ਰਿਹਾ ਕਿਉਂਕਿ ਇਹ ਵੀਜ਼ਾ ਹੈਗਾ ਬੈਚਲਰ ਦਾ ਜਿੱਥੇ 올 ਓਵਰ ਇੰਡੀਆ ਦੇ ਵਿੱਚ ਬੈਚਲਰ ਦੀਆਂ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਜਰਮਨੀ ਦੇ ਲਈ ਉੱਥੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹ ਆਪਣਾ ਬਲੌਕ ਅਕਾਊਂਟ ਆਪਣੀ ਜਿਹੜੀ ਹੈਗੀ ਟਿਊਸ਼ਨ ਫੀਸ ਭਰ ਕੇ ਬੈਠੇ ਨੇ ਬਟ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਪਈ ਉੱਥੇ ਸਾਡੇ ਕੋਲ ਇਸ ਅਪਾਇੰਟਮੈਂਟ ਦੇ ਉੱਤੇ ਮਤਲਬ ਬੈਚਲਰ ਦੇ ਉੱਤੇ ਵੀਜ਼ਾ ਆਣਾ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਜਿੱਥੇ ਕਿ 올 ਓਵਰ ਇੰਡੀਆ ਦੇ ਵਿੱਚ ਵੀਐਫਐਸ ਅਪਾਇੰਟਮੈਂਟ ਨਹੀਂ ਦੇ ਰਿਹਾ ਉੱਥੇ ਹੀ ਇੱਕ ਬੱਚਾ ਵੀਜ਼ਾ ਇਦੇ ਪਿੱਛੇ ਜਿਹੜਾ ਰੀਜ਼ਨ ਹੈ ਉਹ ਮੈਂ ਤੁਹਾਨੂੰ ਦੱਸੂਗਾ ਵੀ ਕੀ ਰੀਜ਼ਨ ਹੈ ਕੀ ਹੈਗਾ ਬਟ ਜਰਮਨੀ ਦੇ ਜਿਹੜੇ ਵੀਜ਼ਾਸ ਨੇ ਉਹ ਆ ਰਹੇ ਨੇ ਬਹੁਤ ਪੋਜ਼ਿਟਿਵ ਨੇ ਚਾਹੇ ਤੁਸੀਂ ਮਾਸਟਰ ਡਿਗਰੀ ਅਪਲਾਈ ਕਰਨ ਜਾਣਾ ਜਰਮਨੀ ਚ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ ਚਾਹੇ ਤੁਸੀਂ +2 ਤੋਂ ਬਾਅਦ ਤੁਹਾਡਾ 3-4 ਸਾਲ ਦਾ ਗੈਪ ਹੈ ਤੁਸੀਂ ਤਾਂ ਵੀ ਜਰਮਨੀ ਚ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਤੁਹਾਡਾ ਜਿਹੜਾ ਵੀਜ਼ਾ ਤੁਹਾਨੂੰ ਮਿਲ ਜੂਗਾ ਕਿਉਂਕਿ ਇਸ ਟਾਈਮ ਜਰਮਨੀ ਜਿਹੜਾ ਉਹ ਵੀਜ਼ੇ ਦੇ ਰਿਹਾ ਹੈ ਬਟ ਉਹਦੇ ਕੁਝ ਜੈਨੂਇਨ ਪੁਆਇੰਟਸ ਨੇ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਸਾਰੀ ਜੈਨੂਨ ਹੋਣੀ ਚਾਹੀਦੀ ਹੈ ਬਲੌਕ ਅਕਾਊਂਟ ਖੁਲਾਣਾ ਤੁਹਾਡੇ ਲਈ ਜ਼ਰੂਰੀ ਹੈ ਹੁਣ ਇੱਥੇ ਕਈ ਸਟੂਡੈਂਟਸ ਕੀ ਕਰਦੇ ਨੇ ਬਹੁਤ ਵੱਡੇ ਵੱਡੇ ਪੈਕੇਜ ਕਰ ਲੈਂਦੇ ਨੇ ਬਹੁਤ ਮੋٹے ਮੋٹے 10-10 ਲੱਖ ਦੇ 12 ਲੱਖ ਦੇ ਜਦੋਂ ਏਜੰਟ ਨੇ ਤੁਹਾਡੇ ਨਾਲ 12 ਲੱਖ ਦਾ ਪੈਕੇਜ ਕਰ ਲਿਆ ਤਾਂ ਤੁਹਾਨੂੰ ਜਿਹੜਾ 10 ਲੱਖ ਦਾ ਬਲੌਕ ਅਕਾਊਂਟ ਖੁਲਾਣਗੇ ਤੁਸੀਂ ਤਾਂ 22-23 ਲੱਖ niche ਆ ਗਏ ਚਾਹੇ ਉਹ 10 ਲੱਖ ਤੁਹਾਡਾ ਤੁਹਾਡੇ ਕੋਲ ਹੀ ਹੈ ਉਹ 10 ਲੱਖ ਤੁਹਾਡਾ ਤੁਹਾਡੇ ਅਕਾਊਂਟ 'ਚ ਹੈ ਬਰ ਇੱਕ ਵਾਰ ਤਾਂ ਤੁਹਾਨੂੰ ਦੇਣਾ ਪੈ ਗਿਆ ਨਾ ਇੱਕ ਵਾਰ ਤੁਸੀਂ ਉਹ 10 ਲੱਖ ਪੇ ਕਰਤਾ ਉਦੋਂ ਅਜੋ ਤੁਹਾਡਾ ਵੀਜ਼ਾ ਆ ਗਿਆ ਉਤੋਂ ਵੀ ਬਾਅਦ ਤੁਸੀਂ ਜਿਹੜਾ ਹੈਗਾ ਸਟੂਡੈਂਟ ਨੂੰ 12 ਲੱਖ 15 ਲੱਖ ਰੁਪਇਆ ਪੇ ਕਰਨਾ ਹੈ ਏਜੰਟ ਨੇ ਏਜੰਟ ਨੂੰ ਸਟੂਡੈਂਟ ਨੇ ਪੇ ਕਰਨਾ ਸੋ ਇਹ ਚੀਜ਼ ਬਾਰੇ ਅਵੇਅਰਨੈਸ ਆਣੀ ਜ਼ਰੂਰੀ ਹੈ ਅਪਾਇੰਟਮੈਂਟ ਦੇ ਨਾਮ ਤੇ ਤੁਹਾਡੇ ਤੋਂ ਬਹੁਤ ਵੱਡੇ ਵੱਡੇ ਪੈਸੇ ਲਿੱਤੇ ਜਾਂਦੇ ਨੇ ਹੋਰ ਮੈਂ ਮੰਨਦਾ ਏ ਐਕਚੁਅਲ ਦੇ ਵਿੱਚ ਅਪਾਇੰਟਮੈਂਟ ਦਾ ਇਸ਼ੂ ਹੈਗਾ ਏ ਪਰ ਤੁਸੀਂ ਥੋੜਾ ਜਿਹਾ ਦਿਮਾਗ ਲਗਾ ਕੇ ਥੋੜੀ ਜੀ ਮਿਹਨਤ ਕਰਕੇ ਤੁਸੀਂ ਇਹ ਅਪਾਇੰਟਮੈਂਟ ਲੈ ਸਕਦੇ ਹੋ ਜਰਮਨੀ ਦਾ ਸਟੂਡੈਂਟ ਵੀਜ਼ਾ ਪ੍ਰੋਸੈਸ ਮੈਂ ਤੁਹਾਨੂੰ ਸਾਰਾ ਸਮਝਾਉਂ ਤੇ ਉਸ ਤੋਂ ਬਾਅਦ ਜਿਹੜੀ ਇਹ ਕੈਨੇਡਾ ਵਾਲੀ ਪ੍ਰੋਫਾਈਲ ਹੈ ਕੈਨੇਡਾ ਦੀ ਪ੍ਰੋਫਾਈਲ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਵੀਜ਼ਾ ਬਹੁਤ ਫਾਸਟ ਆਇਆ ਸਾਡੇ ਕੋਲ ਇਸ ਸਟੂਡੈਂਟ ਨੇ ਸਾਡੇ ਕੋਲ ਨਵੰਬਰ ਦੇ ਵਿੱਚ ਅਪਲਾਈ ਕੀਤਾ ਸੀ ਉਹਦਾ ਮਈ ਇਨਟੇਕ ਸੀਗਾ ਤੇ ਹੁਣ ਤੁਸੀਂ ਆਪ ਹੀ ਦੇਖੋ ਜਿਹਨੇ ਨਵੰਬਰ ਚ ਅਪਲਾਈ ਕੀਤਾ ਮਈ ਇਨਟੇਕ ਸੀਗਾ ਤੇ ਅਸੀਂ ਉਹਨੂੰ ਮਈ ਤੋਂ ਕਿੰਨਾ ਪਹਿਲਾਂ ਅਸੀਂ ਫੈਬ ਦੇ ਵਿੱਚ ਉਹਨੂੰ ਵੀਜ਼ਾ ਲਾਤਾ ਤੇ ਕਾਲਜ ਵੀ ਪਬਲਿਕ ਕਾਲਜ ਤੁਸੀਂ ਇਹ ਦੇਖੋ ਕਿ ਕਿੰਨਾ ਫਾਸਟ ਅਸੀਂ ਕੰਮ ਕਰਦੇ ਆਂ ਆਈ ਵੀਜ਼ਾ ਇਮੀਗ੍ਰੇਸ਼ਨ ਤੁਹਾਡੇ ਸਾਰਿਆਂ ਦੇ ਫਿਊਚਰ ਨੂੰ ਲੈ ਕੇ ਤੁਹਾਡੀ ਪ੍ਰੋਫਾਈਲਸ ਨੂੰ ਲੈ ਕੇ ਤੁਹਾਡੀ ਫਾਈਲਸ ਨੂੰ ਲੈ ਕੇ ਅਸੀਂ ਬਹੁਤ ਫਾਸਟ ਕੰਮ ਕਰਦੇ ਹਾਂ ਤੁਸੀਂ ਸਾਡੇ ਕੋਲ ਅੱਜ ਰਜਿਸਟਰ ਹੋ ਗਏ ਤੁਹਾਡੀ ਰਜਿਸਟ੍ਰੇਸ਼ਨ ਤੁਸੀਂ ਸਾਡੇ ਕੋਲ ਅੱਜ ਰਜਿਸਟਰ ਹੋ ਗਏ ਤਾਂ ਅਸੀਂ ਤੁਹਾਡੀ ਫਾਈਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਮੇਰੀ ਸਾਰੀ ਟੀਮ ਹੈ ਬਹੁਤ ਡੈਡੀਕੇਟਿਡ ਟੀਮ ਹੈ ਅਸੀਂ ਬੜਾ ਬਿਲਕੁਲ ਫੇਅਰ ਕੰਮ ਕਰਦੇ ਹਾਂ ਜਿਹਦੀ ਫਾਈਲ ਨਹੀਂ ਹੋਣ ਵਾਲੀ ਹੁੰਦੀ ਅਸੀਂ ਉਹਨੂੰ ਸਾਫ਼ ਜਵਾਬ ਦੇ ਦਿੰਦੇ ਹਾਂ ਜਿਹਦੀ ਫਾਈਲ ਹੋਣ ਵਾਲੀ ਹੁੰਦੀ ਹੈ ਉੱਥੇ ਅਸੀਂ ਬੱਚੇ ਨੂੰ ਵੀ ਥੋੜੀ ਇੱਕ ਗੱਲ ਕਹਿੰਦੇ ਹਾਂ ਕਿ ਤੁਹਾਡੇ ਪੇਰੈਂਟਸ ਨੇ ਜਿਹੜੇ ਉਹ ਤੁਹਾਡੇ ਤੇ ਪੈਸਾ ਲਗਾ ਸਕ ਉਹ ਤੁਹਾਡੇ ਤੇ ਖਰਚਾ ਕਰ ਸਕਦੇ ਨੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਤੁਹਾਨੂੰ ਦੱਸ ਸਕਦੇ ਹਾਂ ਵੀ ਭਾਈ ਤੁਸੀਂ ਆਹ ਕਾਲਜ ਚ ਅਪਲਾਈ ਕਰ ਲਓ ਆਹ ਕੋਰਸ ਲੈ ਲਓ ਬਟ ਜਿਹੜੀ ਐਕਚੁਅਲ ਚ ਮੇਨ ਤਾਂ ਉਹ ਤੁਹਾਡੀ ਹੈ ਮੇਨ ਤਾਂ ਤੁਹਾਨੂੰ ਕਰਨੀ ਪੈਣੀ ਹੈ ਜਦੋਂ ਅਸੀਂ ਤੁਹਾਨੂੰ ਕੋਈ ਗੱਲ ਕਹਿੰਨੇ ਆ ਤਾਂ ਉਸਦੀ ਰਿਸਰਚ ਤੁਹਾਨੂੰ ਕਰਨੀ ਪੈਣੀ ਹੈ ਇਹ ਨਹੀਂ ਹੈਗਾ ਕਿ ਕਿਸੇ ਏਜੰਟ ਨੇ ਤੁਹਾਨੂੰ ਕਹਤਾ ਕਿ ਹਾਂਜੀ ਤੁਹਾਡੇ ਸੱਤ ਪੈਣ ਦੇ ਕੋਈ ਗੱਲ ਨਹੀਂ ਸਾਰੀ ਫੀਸ ਵੀਜ਼ਾ ਤੋਂ ਬਾਅਦ ਆਹ ਵਾਲਾ ਪ੍ਰਾਈਵੇਟ ਕਾਲਜ ਲੈ ਲਓ ਐਨਾ ਹੋਵੇ ਕਿ ਉਹ ਪ੍ਰਾਈਵੇਟ ਕਾਲਜ ਦੀ ਫੀਸ ਹੀ ਨਾ ਜਾਂਦੀ ਹੋਵੇ ਤੁਸੀਂ ਆਪ ਸੋਚ ਕੇ ਦੇਖੋ ਜਿਹੜੇ ਕਾਲਜ ਦੀ ਫੀਸ ਹੀ ਨਹੀਂ ਗਈ ਤਾਂ ਉਹ ਜੋ ਤੁਹਾਡਾ ਵੀਜ਼ਾ ਕਿਵੇਂ ਲੱਗ ਜੂਗਾ ਕਿਉਂਕਿ ਜਿਹੜੀ ਕੈਨੇਡੀਅਨ ਹਾਈ ਕਮਿਸ਼ਨ ਹੈ ਜਾਂ ਕੈਨੇਡੀਅਨ ਗਵਰਨਮੈਂਟ ਹੈ ਜਾਂ ਆਪਾਂ IRCC ਕਹਿ ਲਈਏ ਉਹਦੇ ਜਿਹੜੇ ਰੂਲਸ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਜੇ ਤੁਹਾਡੇ ਸੱਤ ਬੈਂਡ ਨੇ ਤੁਹਾਡੇ 60% ਤੋਂ ਉੱਪਰ ਨੇ ਤੁਸੀਂ ਲੇਟੈਸਟ ਪਾਸ ਆਊਟ ਹੋ ਤਾਂ ਫਿਰ ਜਿਹੜਾ ਹੈਗਾ ਤੁਸੀਂ ਪਬਲਿਕ ਕਾਲਜ ਇਸ ਤੇ ਅਪਲਾਈ ਕਰੋ SDS ਪ੍ਰੋਫਾਈਲ ਤੇ ਅਪਲਾਈ ਕਰੋ ਬਟ ਜੇ ਤੁਸੀਂ ਐਸਡੀਐਸ ਪ੍ਰੋਫਾਈਲ ਤਾਂ ਤਾਂ ਬੜੂਗੀ ਜੇ ਤੁਸੀਂ ਫੀਸ ਭਰੀ ਹੋਗੀ ਤੁਸੀਂ ਪੈਕੇਜ ਕਰ ਲਿਆ ਕਿਸੇ ਨਾ 15 ਲੱਖ ਦਾ ਉਸ ਬੰਦੇ ਨੇ ਤੁਹਾਡੀ ਫੀਸ ਨਹੀਂ ਭਰੀ ਫਿਰ ਤੁਹਾਡੀ ਪ੍ਰੋਫਾਈਲ ਐਸਡੀਐਸ ਕਿੱਦਾਂ ਹੋ ਜੂਗੀ ਜਾਂ ਤੁਹਾਡੀ ਜਿਹੜੀ ਉਹ ਫੀਸ ਭਰਨ ਵਾਲੀ ਸਲਿੱਪ ਹੈ ਜਿਹੜੀ ਉਹ ਜੈਨੂਨ ਨਹੀਂ ਲਾਈ ਟੀਟੀ ਸਲਿੱਪ ਨਹੀਂ ਲਾਈ ਵਿੱਚ ਸਪੋਰਟਿੰਗ ਡਾਕੂਮੈਂਟ ਨਹੀਂ ਲਾਏ ਕਾਲਜ ਦੀ ਜਿਹੜੀ ਹੈਗੀ ਹੈ ਪੇਡ ਸਲਿੱਪ ਆਉਂਦੀ ਆ ਕਾਲਜ ਦਾ ਪੇਡ ਐਲਓਏ ਆਉਂਦਾ ਉਸ ਤੋਂ ਬਾਅਦ ਟੀਟੀ ਸਲਿੱਪ ਲੱਗਦੀ ਆ ਕੱਲੀ ਕਾਲਜ ਵੱਲੋਂ ਜਿਹੜੀ ਫੀਸ ਪੇ ਸਲਿੱਪ ਮਿਲਣ ਨਾਲ ਤਾਂ ਨਹੀਂ ਤੁਸੀਂ ਜਿਹੜਾ ਹੈਗਾ ਵੀਜ਼ਾ ਤੁਹਾਨੂੰ ਮਿਲ ਜਾਣਾ ਸੋ ਇਹ ਗੱਲਾਂ ਦਾ ਦੇਖੋ ਤੁਸੀਂ ਧਿਆਨ ਦੇਣਾ ਏ ਇੱਥੇ ਮੈਂ ਤੁਹਾਨੂੰ ਦਿਲੋਂ ਸਮਝਾ ਸਕਦਾ ਏ ਕਿਉਂਕਿ ਮੈਨੂੰ ਸਿਰਫ ਇਹ ਹੁੰਦਾ ਕਿ ਕਿਸੇ ਦਾ ਸਮਾਂ ਤੇ ਕਿਸੇ ਦਾ ਪੈਸਾ ਨਾ ਖਰਾਬ ਹੋਵੇ ਠੀਕ ਹੈ ਇਸ ਪ੍ਰੋਫੈਸ਼ਨ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤ ਪੈਸਾ ਏ ਬਹੁਤ ਚੀਜ਼ਾਂ ਐ ਇਦਾਂ ਦੀਆਂ ਨੇ ਜਿਹੜੀਆਂ ਕਿ ਸਟੂਡੈਂਟ ਨੂੰ ਨਹੀਂ ਪਤਾ ਬਹੁਤ ਜ਼ਿਆਦਾ ਓਲਾ ਏ ਤੁਸੀਂ ਜਿਵੇਂ ਮਰਜ਼ੀ ਪੈਸੇ ਕਮਾ ਸਕਦੇ ਹੋ ਬਟ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੈਸੇ ਕਮਾਓ ਠੀਕ ਹੈ ਬਟ ਕਿਸੇ ਦਾ ਫਿਊਚਰ ਨਹੀਂ ਖਰਾਬ ਹੋਣਾ ਚਾਹੀਦਾ ਕਿਸੇ ਦਾ ਰਿਜ਼ਲਟ ਨਹੀਂ ਖਰਾਬ ਹੋਣਾ ਚਾਹੀਦਾ ਤੁਹਾਡੇ ਕਰਕੇ ਕਿਸੇ ਦੀ ਪ੍ਰੋਫਾਈਲ ਨਹੀਂ ਖਰਾਬ ਹੋਣੀ ਚਾਹੀਦੀ ਇਹ ਨਹੀਂ ਹੋਣਾ ਚਾਹੀਦਾ ਕਿ ਅੱਜ 2022 ਦੇ ਫੈਬਰ ਦੇ ਵਿੱਚ ਇੱਕ ਬੱਚਾ ਹੈ ਜਿਹੜਾ ਉਹ ਐਲੀਜੀਬਲ ਹੈ ਜਾਣ ਲਈ ਕੈਨੇਡਾ ਬਟ ਐ ਨਾ ਹੋਵੇ ਕਿ ਉਹਦੀ ਰਿਫਿਊਜ਼ਲ ਆ ਜਾਵੇ ਸਪਟੈਂਬਰ ਦੇ ਡੇਗਲੀ ਤੇ ਉਹ ਤੋਂ ਬਾਅਦ ਉਹ ਐਲੀਜੀਬਲ ਹੀ ਨਾ ਰਵੇ ਉਹਦਾ ਫਿਊਚਰ ਹੀ ਖਰਾਬ ਹੋ ਜयो ਉਹ ਕੈਨੇਡਾ ਸੋਚੇ ਹੀ ਨਾ ਤੇ ਆਪਾਂ ਨੂੰ ਧੱਕੇ ਨਾਲ ਉਹਨੂੰ ਕਹਿਣਾ ਪਵੇ ਕਿ ਜੀ ਹੁਣ ਤੁਸੀਂ ਯੂਕੇ ਚਲਜੋ ਹੁਣ ਤੁਸੀਂ ਆਸਟ੍ਰੇਲੀਆ ਚਲਜੋ ਹੁਣ ਤੁਸੀਂ ਯੂਐਸਏ ਦਾ ਅਪਲਾਈ ਕਰ ਲਓ ਹੁਣ ਤੁਸੀਂ ਜਰਮਨੀ ਕਰ ਲਓ ਹੁਣ ਤੁਸੀਂ ਸਵਿਟਜ਼ਰਲੈਂਡ ਕਰ ਲਓ ਐਦਾਂ ਦੀ ਆਪਸ਼ਨਾਂ ਨਾ ਦੇਣੀਆਂ ਪੈਣ ਜਿਹੜਾ ਬੱਚਾ ਜਿੱਥੇ ਲਈ ਐਲੀਜੀਬਲ ਹੈ ਜਿਹੜਾ ਬੱਚਾ ਜਿੱਥੇ ਜਾ ਸਕਦਾ ਹੈ ਜਿਹਦੀ ਪ੍ਰੋਫਾਈਲ ਜਿੱਥੇ ਸੂਟੇਬਲ ਹੈ ਉਹਨੂੰ ਉੱਥੇ ਹੀ ਜਾਣਾ ਚਾਹੀਦਾ ਜਿਹਦੀ ਪ੍ਰੋਫਾਈਲ ਜਿਹੜੀ ਕੰਟਰੀ ਲਈ ਹੈਗੀਆ ਉਹਨੂੰ ਅਸੀਂ ਉੱਥੇ ਹੀ ਭੇਜਦੇ ਆਂ ਇੰਨੀ ਕੁ ਮਿਹਨਤ ਅਸੀਂ ਸਟੂਡੈਂਟ ਤੇ ਕਰਦੇ ਆਂ ਬਟ ਫੇਅਰ ਐਂਡ ਦੇ ਵਿੱਚ ਗੱਲ ਆ ਜਾਂਦੀ ਹੈ ਤੁਹਾਡੀ ਆਪਣੀ ਕਿਉਂਕਿ ਡਿਸੀਜਨ ਤੁਹਾਡੇ ਆਪ ਦੇ ਨੇ ਤੁਸੀਂ ਆਪਣੇ ਡਿਸੀਜਨ ਦੇ ਆਪ ਜ਼ਿੰਮੇਵਾਰ ਹੋ ਇਹ ਦੇਖਣਾ ਤੁਸੀਂ ਹੈ ਕਿ ਦੋ ਚ 5.5 ਤੇ ਮੇਰੀ ਪ੍ਰੋਫਾਈਲ ਤੇ ਕੈਨੇਡਾ ਦਾ ਵੀਜ਼ਾ ਲੱਗਦਾ ਏ ਜੇ ਨਹੀਂ ਲੱਗਦਾ ਨਾ ਚੁੱਪਚਾਪ ਆਪਣੀ ਪ੍ਰੋਫਾਈਲ ਕਿਸੇ ਹੋਰ ਕੰਟਰੀ ਨਹੀਂ ਲਾਓ ਦੋ ਚ ਸਾਢੇ ਪੰਜ ਦਿਨਾਂ ਦਾ ਪੈਸੇ ਖਰਾਬ ਕਰੋ ਨਾ ਹੀ ਤੁਸੀਂ ਉਹ ਕੰਟਰੀ ਬਾਰ-ਬਾਰ ਕਰਕੇ ਆਪਣਾ ਸਮਾਂ ਖਰਾਬ ਕਰੋ ਤੁਹਾਨੂੰ ਜ਼ਰੂਰਤ ਹੈ ਕਿਸੇ ਐਦਾਂ ਦੇ ਏਜੰਟ ਦੀ ਜੋ ਤੁਹਾਡੀ ਪ੍ਰੋਫਾਈਲ ਦੇਖਦੇ ਸਾਰ ਦੱਸ ਦਵੇ ਮੇਰੇ ਕੋਲ ਰੋਜ਼ ਦਿਨ ਦੇ ਵਿੱਚ 15 20 ਬੱਚੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਕੀ ਮੈਂ 15 20 ਦੇ ਵਿੱਚੋਂ ਘਟੋ-ਘਟ 10 ਤੋਂ 11 ਨੂੰ ਆਪਾਂ ਮਨਾ ਕਰ ਦਿਆ ਕਈ ਦਾ ਬੱਚੇ ਇਹ ਜੇ ਹੁੰਦੇ ਨੇ ਡੇਟ ਆਫ ਬਰਥ ਹੁੰਦਾ ਜੀ 2004 ਦਾ 2005 ਦਾ ਉਹ ਕਹਿੰਦੇ ਜੀ ਸਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਸਾਡਾ ਟੂਰਿਸਟ ਵੀਜ਼ਾ ਹੀ ਅਪਲਾਈ ਕਰ ਦੋ ਕਈ ਐਦਾਂ ਦੇ ਵੀ ਆਂਦੇ ਜਿਨ੍ਹਾਂ ਨੂੰ ਆਪਾਂ ਮਨਾ ਕਰਦੇ ਆਂ ਦੇਖੋ ਅਸੀਂ ਇੱਥੇ ਕੈਰੀਅਰ ਕਾਉਂਸਲਰ ਆ ਅਸੀਂ ਇੱਥੇ ਕੰਸਲਟੈਂਟ ਆ ਜੇ ਅਸੀਂ ਤੁਹਾਨੂੰ ਚੰਗਾ ਕੰਸਲਟ ਹੀ ਨਹੀਂ ਕਰਾਂਗੇ ਫਿਰ ਅਸੀਂ ਕੰਸਲਟੈਂਟ ਕਾਦੇ ਹੋਏ ਜੇ ਅਸੀਂ ਤੁਹਾਨੂੰ ਤੁਹਾਡੀ ਫਿਊਚਰ ਬਾਰੇ ਤੁਹਾਡੀ ਲਾਈਫ ਬਾਰੇ ਗਾਈਡ ਹੀ ਨਹੀਂ ਕਰਾਂਗੇ ਫਿਰ ਅਸੀਂ ਗਾਈਡ ਕਾਦੇ ਹੋਏ ਜੀ ਫਿਰ ਅਸੀਂ ਕੈਰੀਅਰ ਕਾਉਂਸਲਰ ਕਾਦੇ ਹੋਏ ਫਿਰ ਅਸੀਂ ਕੰਸਲਟੈਂਸੀ ਸਾਡੀ ਕੰਸਲਟੈਂਸੀ ਅਸੀਂ ਐਡਿਡ ਫੀਸਾ ਲੈਨੇ ਉਹ ਕਾਦੀਆਂ ਲੈਨੇ ਜੇ ਤੁਹਾਨੂੰ ਗਾਈਡ ਨਹੀਂ ਚਾਹੀਦੀ ਨਾਲ ਕੀਤਾ ਜੇ ਅਸੀਂ ਇਹ ਦੇਖਿਆ ਵੀ ਅੱਜ-ਅੱਜ ਯੂਕੇ ਦੇ ਵੀਜ਼ੇ ਲੱਗ ਰਹੇ ਨੇ ਜਾਂ ਆਸਟ੍ਰੇਲੀਆ ਦੇ ਵੀਜ਼ੇ ਲੱਗ ਰਹੇ ਨੇ ਜਿਹੜੀ ਪ੍ਰੋਫਾਈਲ ਜਿਵੇਂ ਦੀ ਹੈਗੀ ਉਹਨੂੰ ਉੱਥੇ ਉਹੀ ਕੰਟਰੀ ਦੇ ਵਿੱਚ ਧੱਕ ਦੋ ਜਿਹਦੇ ਵੀਜ਼ੇ ਆ ਰਹੇ ਨੇ ਤਾਂ ਜੋ ਜੇ ਸੌ ਪਾਈਆਂ ਨੇ ਤਾਂ ਕੋਈ ਨਹੀਂ ਪਿਆ ਤਾਂ ਵੀਜ਼ੇ ਆਣਗੇ ਤੁੱਕਾ ਨਹੀਂ ਲਾਂਦੇ ਅਸੀਂ ਤੁੱਕਾ ਨਹੀਂ ਲਾਂਦੇ ਅਸੀਂ ਬਿਲਕੁਲ ਆਪਣਾ ਐਕਸਪੀਰੀਅੰਸ ਯੂਜ਼ ਕਰਦੇ ਆਂ ਅਸੀਂ ਆਪਣੀ ਐਕਸਪਰਟੀਸ ਯੂਜ਼ ਕਰਦੇ ਆਂ ਵੀਜ਼ਾ ਐਕਸਪਰਟ ਨਾਮ ਪਿੱਛੇ ਤਾਂ ਹੀ ਲੱਗਿਆ ਹੋਇਆ ਜੇ ਕੁਝ ਹੈਗਾ ਇਹ ਜਿਹੜੇ ਵੀਜ਼ੇ ਨੇ ਇਹ ਤਾਂ ਹੀ ਆਂਦੇ ਨੇ ਜੇ ਕੋਈ ਚੀਜ਼ ਹੈਗੀ ਹੈ ਜੇ ਕੋਈ ਨੌਲੇਜ ਰੱਖੀ ਬੈਠੇ ਆ ਤਾਂ ਹੀ ਆਂਦੀ ਹੈ ਸੋ ਤੁਹਾਨੂੰ ਐਦਾਂ ਦੇ ਬੰਦੇ ਦੀ ਲੋੜ ਹੈ ਜੋ ਕਿ ਤੁਹਾਡੀ ਫਾਈਲ ਤੇ ਮਿਹਨਤ ਕਰੇ ਤੁਹਾਡੀ ਫਾਈਲ ਤੇ ਤੁਹਾਡੇ ਤੋਂ ਮਿਹਨਤ ਕਰਾ ਸਕੇ ਜਿਹਦੀ ਟੀਮ ਸਾਰੀ ਡੈਡੀਕੇਟਿਡ ਹੋਵੇ ਤੁਹਾਨੂੰ ਦੱਸ ਸਕੇ ਕਿ ਭਾਈ ਤੂੰ ਤੁਹਾਡੀ ਆ ਗਲਤੀ ਸੀ ਸਾਡਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਅੱਜ ਆਸਟ੍ਰੇਲੀਆ ਦਾ ਵੀਜ਼ਾ ਉਹ ਪਹਿਲਾਂ ਰਿਫਿਊਜ਼ ਸੀ ਉਹਨਾਂ ਦਾ ਤੁਸੀਂ ਸੋਚ ਕੇ ਦੇਖੋ ਆਸਟ੍ਰੇਲੀਆ ਦਾ ਰਿਫਿਊਜ਼ ਵੀਜ਼ਾ ਲੈਣਾ ਕਿੰਨਾ ਔਖਾ ਹੈ ਬਟ ਜੇ ਅਸੀਂ ਉਹਦੇ ਉੱਤੇ ਮਿਹਨਤ ਕੀਤੀ ਤਾਂ ਵੀਜ਼ਾ ਆ ਗਿਆ ਜੀ ਕਮੀ ਸਿਰਫ ਦੇਖੋ ਕੱਲੀ ਸਟੂਡੈਂਟ ਦੀ ਪ੍ਰੋਫਾਈਲ 'ਚ ਨਹੀਂ ਹੁੰਦੀ ਕਮੀ ਕਿਤੇ ਨਾ ਕਿਤੇ ਏਜੰਟ ਦੇ ਵਿੱਚ ਆਪਦੀ ਕਮੀ ਹੁੰਦੀ ਹੈ ਚਾਹੇ ਉਹ ਸਾਡੀ ਗਮੀ ਲਾ ਲਓ ਜੇ ਰਿਫਿਊਜ਼ਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਸਾਡੀ ਕਮੀ ਹੁੰਦੀ ਹੈ ਜਾਂ ਤਾਂ ਅਸੀਂ ਤੁਹਾਨੂੰ ਗਾਈਡ ਨਹੀਂ ਕੀਤਾ ਕਿ ਭਾਈ ਆਹ ਵਾਲੀ ਪ੍ਰੋਫਾਈਲ ਆਹ ਕੰਟਰੀ ਲਈ ਨਾ ਲਾਓ ਤੁਹਾਡਾ ਵੀਜ਼ਾ ਰਿਫਿਊਜ਼ ਹੋਊ ਜਾਂ ਤਾਂ ਅਸੀਂ ਤੁਹਾਨੂੰ ਗਾਈਡ ਨਹੀਂ ਕੀਤਾ ਜਾਂ ਅਸੀਂ ਤੁਹਾਨੂੰ ਗਲਤ ਗਾਈਡ ਕਰਤਾ ਉਹ ਕਮੀ ਸਾਡੀ ਹੋਗੀ ਨਾ ਕਿਸੇ ਲਾਲਚ ਦੇ ਵਿੱਚ ਆ ਕੇ ਕਿ ਜੀ ਫਲਾਨੀ ਕੰਟਰੀ ਦਾ ਕਰਾਂਗੇ ਉੱਥੋਂ ਜੀ ਪੈਸੇ ਬੜਨਗੇ ਕਮਿਸ਼ਨ ਵੀ ਆਊਗਾ ਵਧੀਆ ਹੋਊਗਾ ਆਹ ਪ੍ਰੋਫਾਈਲ ਨੂੰ ਉਧਰ ਭੇਜ ਦੋ ਵੀਜ਼ਾ ਦਾ 100% ਹੈਗਾ ਹੀ ਐ ਨਾਲ ਚਾਰ ਪੈਸੇ ਵੀ ਕਮਾਵਾਂਗੇ ਬਟ ਐਨ ਨਾ ਉਹ ਵੀ ਅਸੀਂ ਤੁਹਾਡਾ ਇੱਕ ਕੈਨੇਡਾ ਜਾਣ ਦਾ ਸੁਪਨਾ ਅਸੀਂ ਤੁਹਾਡਾ ਅਮਰੀਕਾ ਜਾਣ ਦਾ ਸੁਪਨਾ ਖਰਾਬ ਕਰਤਾ ਹੋਵੇ ਸੋ ਸਾਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਡਰ ਹੈ ਇਨਸਾਨੀਅਤ ਕਿਤੇ ਨਾ ਕਿਤੇ ਜਿੰਦਾ ਹੈ ਇਨਸਾਨ ਨੂੰ ਹਮੇਸ਼ਾ ਆਪਣਾ ਨਹੀਂ ਹਮੇਸ਼ਾ ਸਰਬੱਤ ਦਾ ਭਲਾ ਸੋਚਣਾ ਚਾਹੀਦਾ ਸਾਡੇ ਗੁਰੂਆਂ ਨੇ ਕਿਹਾ ਸੋ ਦੋਸਤੋ ਅੱਜ ਦਾ ਵੀਡੀਓ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਠੀਕ ਲੱਗੀ ਹੋਵੇ ਇਹਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਦੋਸਤਾਂ ਨਾਲ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਦਾ ਬਟਨ ਦਬਾ ਸਕਦੇ ਹੋ ਤਾਂ ਜੋ ਅੱਗੇ ਤੋਂ ਮੈਂ ਕਦੀ ਵੀ ਵੀਡੀਓ ਪਾਵਾਂ ਉਹ ਤੁਹਾਡੇ ਕੋਲ ਐਜ਼ ਅ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਉਹਨੂੰ ਦੇਖ ਸਕੋ ਸੋ ਦੋਸਤੋ ਅੱਜ ਦਾ ਵੀਡੀਓ ਸਿਰਫ ਇੰਨਾ ਹੀ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ 'ਚ